ਸਤਿ ਸ਼੍ਰੀ ਅਕਾਲ ਨਮਸਤੇ ਵਿਊਵਰਸ ਮੈਂ ਜਸਪ੍ਰੀਤ ਜਸ ਕ੍ਰਿਸ਼ਨ ਬੁਟੀਕ ਖੰਨਾ ਤੋਂ ਬਹੁਤ ਜ਼ਿਆਦਾ ਸਵਾਗਤ ਕਰ ਰਹੀ ਹਾਂ ਮੈਂ ਤੁਹਾਡਾ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਅੱਛੇ ਹੋਵੋਗੇ ਲਾਸਟ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੁਸੀਂ ਅਤੇ ਅੱਜ ਦੀ ਜਿਹੜੀ ਕੁਲੈਕਸ਼ਨ ਆ ਉਹ ਵੀ ਪਾਰਟੀ ਵੇਅਰ ਰਹੇਗੀ ਇੱਕ ਦੋ ਆਰਟੀਕਲ ਮੈਂ ਕੋਟਨ ਦੇ ਦਿਖਾਵਾਂਗੀ ਸਟਾਰਟ ਕਰਦੇ ਹਾਂ ਫਿਰ ਫਸਟ ਆਰਟੀਕਲ ਤੋਂ ਆਪਾਂ ਲਾਈਟ ਸ਼ਰਟ ਸੀ ਔਰ ਇਹ ਡਾਰਕ ਸ਼ਰਟ ਹੈ ਸੀਕੁਐਂਸ ਵਰਕ ਨੀਚੇ ਘੇਰੇ ਦੇ ਜ਼ਿਆਦਾ ਹੈ ਉੱਪਰ ਸ਼ਰਟ ਦੇ ਉੱਪਰ ਘੱਟ ਹੈ ਬਨਾਰਸੀ ਦੀ ਪੱਟੀ ਲਗਾਈ ਗਈ ਹੈ 5 ਮੀਟਰ ਦੀ ਆਲ ਓਵਰ ਦੀ ਕੱਟ ਰਹੇਗੀ ਇਹਦੀ ਔਰ ਸੱਭੇ ਸਾਂਚੀ ਸਟਾਈਲ ਦੁਪੱਟਾ ਰਹੇਗਾ ਕਾਫੀ ਟ੍ਰੈਂਡ ਹੈ ਇਹਨਾਂ ਦੁਪੱਟੇ ਦਾ ਔਰ ਸਾਰੇ ਫੈਬਰਿਕਸ ਦੇ ਵਿੱਚ ਆ ਰਹੇ ਨੇ ਇਹਦੇ ਉੱਪਰ ਸੀਕੁਐਂਸ ਵਰਕ ਜ਼ਿਗਜ਼ੈਗ ਸਟਾਈਲ ਹੈ ਕਲਰ ਬਹੁਤ ਹੀ ਪਿਆਰੇ ਆਏ ਨੇ ਇਹਦੇ ਵਿੱਚ 4 ਕਲਰਸ ਅਵੇਲੇਬਲ ਨੇ ਨੈਕਸਟ ਜਿਹੜਾ ਕਲਰ ਹੈ ਮੈਰੂਨ ਪਿਓਰ ਕਰੇਪ ਦਾ ਫੈਬਰਿਕ ਰਹੇਗਾ ਦੁਪੱਟੇ ਤੇ 4 ਸਾਈਡ ਪਾਈਪਿੰਗ ਲਗਾਈ ਗਈ ਹੈ ਫਿਨਿਸ਼ਿੰਗ ਟੱਚ ਦੇਣ ਦੇ ਲਈ ਨੈਕਸਟ ਕਲਰ ਪੀਕੌਕ ਸ਼ੇਡ ਸੀਕੁਐਂਸ ਵਰਕ ਦੇਖੋ ਬਹੁਤ ਹੀ ਪਿਆਰਾ ਕੀਤਾ ਗਿਆ ਹੈ ਇਹਨੂੰ ਪੱਟੀ ਨੂੰ ਤੁਸੀਂ ਆਪਣੀ ਹਾਈਟ ਦੇ ਅਕੋਰਡਿੰਗ ਜਿੰਨੀ ਵੀ ਸ਼ਰਟ ਦੀ ਲੈਂਥ ਰੱਖਣੀ ਆ ਉਹਦੇ ਅਕੋਰਡਿੰਗ ਤੁਸੀਂ ਐਡਜਸਟ ਕਰ ਸਕਦੇ ਹੋ ਕਲਰ ਬਹੁਤ ਹੀ ਪਿਆਰਾ ਬਿਲਕੁਲ ਨਿਊ ਜਿਹਾ ਕਲਰ ਹੈ ਆਲ ਓਵਰ ਸੂਟ ਰਹੇਗਾ 5 ਮੀਟਰ ਦੀ ਕੱਟ ਰਹੇਗੀ ਔਰ ਇਹ ਰਹੇਗਾ ਇਹਦਾ ਦੁਪੱਟਾ ਦੁਪੱਟੇ ਦੇ ਨੀਚੇ ਬਾਰਡਰਸ ਦਾ ਡਿਜ਼ਾਈਨ ਦੇਖੋ ਬਹੁਤ ਪਿਆਰਾ ਡਿਜ਼ਾਈਨ ਹੈ ਸਟ੍ਰਾਈਪਸ ਦਾ ਬਹੁਤ ਜ਼ਿਆਦਾ ਡਿਮਾਂਡ ਅੱਜ ਕੱਲ੍ਹ ਬਹੁਤ ਟ੍ਰੈਂਡ ਦੇ ਵਿੱਚ ਦੁਪੱਟੇ ਦੇ ਉੱਪਰ ਸਟ੍ਰਾਈਪਸ ਔਰ ਪਲੱਸ ਸੀਕੁਐਂਸ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਇਹਦੇ ਵਿੱਚ ਲਾਸਟ ਕਲਰ ਆਏਗਾ ਬੋਟਲ ਗ੍ਰੀਨ ਫਾਈਵ ਮੀਟਰ ਦੀ ਕਟ ਜਿੰਨੀ ਮਰਜ਼ੀ ਤੁਹਾਡੀ ਲੈਂਥ ਹੋਵੇ ਬਣਾ ਸਕਦੇ ਹੋ ਤੁਸੀਂ ਸੀਕੁਐਂਸ ਵਰਕ ਦੇਖੋ ਕਿਤਨਾ ਕਿੰਨਾ ਪਿਆਰਾ ਲੱਗ ਰਿਹਾ ਘੇਰੇ ਦੇ ਉੱਪਰ ਜ਼ਿਆਦਾ ਕਰਿਆ ਹੋਇਆ ਔਰ ਉੱਪਰ ਸ਼ਰਟ ਦੇ ਉੱਪਰ ਇੱਕ ਇੱਕ ਲਾਈਨ ਨੂੰ ਛੋੜ ਕੇ ਕਰਿਆ ਹੋਇਆ ਔਰ ਪੱਟੀ ਦਿੱਤੀ ਗਈ ਆ ਫੈਬਰਿਕ ਬਹੁਤ ਹੀ ਫਾਈਨ ਫੈਬਰਿਕ ਹੈ ਪਿਓਰ ਕਰੇਪ ਜਿਹਨੂੰ ਵੀ ਨੌਲੇਜ ਹੋਏਗੀ ਨੈਕਸਟ ਇਸ ਦੁਪੱਟਾ ਆਹ ਵਾਲੀ ਪੱਟੀ ਦੀ ਔਰ ਸਾਈਡ ਵਾਲੇ ਬਾਰਡਰ ਦੀ ਇਸਦੇ ਹੀ ਕਲਰ ਦਾ ਡਿਫਰੈਂਸ ਆਏਗਾ ਸੈਂਟਰ ਵਾਲਾ ਸੇਮ ਰਹੇਗਾ ਕਲਰ ਕੰਟਰਾਸਟ ਬਹੁਤ ਅੱਛੇ ਕਰੇਗਾ ਦੁਪੱਟੇ ਦੇ ਸਟ੍ਰਾਈਪਸ ਦੇ ਵੀ ਇਹਦੇ ਨਾਲ ਪਿੰਕ ਔਰ ਯੈਲੋ ਦਾ ਕੰਟਰਾਸਟ ਕਰਿਆ ਗਿਆ ਹੈ ਸਟ੍ਰਾਈਪਸ ਦੇ ਵਿੱਚ ਇਹਦਾ ਸੀ ਗ੍ਰੀਨ ਫਰੋਜ਼ੀ ਵਾਈਨ ਸ਼ੇਡ ਦੇ ਨਾਲ ਫਰੋਜ਼ੀ ਸੀ ਗ੍ਰੀਨ ਸ਼ੇਡ ਸਟ੍ਰਾਈਪਸ ਦੇ ਵਿੱਚ ਬਹੁਤ ਪਿਆਰੇ ਨੇ ਸੂਟਸ ਡਿਜ਼ਾਈਨਿੰਗ ਵਾਈਜ਼ ਫੈਬਰਿਕ ਵਾਈਜ਼ ਬਹੁਤ ਹੀ ਪਿਆਰੇ ਨੇ ਔਰ ਇਹਨਾਂ ਦੀ ਰੇਂਜ ਰਹੇਗੀ 1750 ਬਾਰਡਰ ਬਹੁਤ ਹੀ ਪਿਆਰਾ ਬਣਾਇਆ ਗਿਆ ਇਹਦਾ ਨੈਕਸਟ ਜੋ ਆਰਟੀਕਲ ਹੈ ਕੋਟਨ ਦੇ ਬੇਸ 'ਤੇ ਰਹੇਗਾ
थ्रेड वर्क बहुत ही प्यारा कराया गया है ऊपर, फ्लावर्स की डिजाइनिंग बहुत प्यारी है। गोल्डन टच दिता गया है और नीचे के रेते बहुत ही प्यारी फिनिशिंग दी गई है, पाइपिंग लगाई गई है प्लस गोटा अटैच कराया गया है। फ्रोजी कलर रहेगा शर्ट का, 2.5 मीटर कट रहेगी शर्ट दी, 2.5 मीटर दी कट रहेगी बॉटम दी। ब्लू कलर रहेगा और ये दुपट्टा रहेगा बिल्कुल ही यूनिक। इस स्टाइल रहेगा दुपट्टा, ये खुला डुला दुपट्टा रहेगा, लेंथ वेट से प्रॉपर खुली है, गर्लिश लुक देने वाला है सूट। ये तीन कलर्स अवेलेबल ने, सेकंड कलर रहेगा ये शर्ट का येलो कलर, बहुत ही प्यारा काम किया गया है ऊपर, कांथा वर्क दे स्टिचेस होंगे जेडे वो स्टिचेस के नाल बॉक्स बनाए गए हैं, मशीनी थ्रेड वर्क किया गया है, बॉटम रहेगी सेम प्योर कॉटन का फैब्रिक रहेगा, ब्लू कलर के कंट्रास्ट रहेंगे इन सूट्स के नाल, दुपट्टा सेम डिजाइनिंग दे विच रहेगा, बनारसी सिल्क कह दें इस फैब्रिक नू दुपट्टे दे नू, बनारसी सिल्क दे विच दुपट्टा रहेगा, 2.5 मीटर दी कट शर्ट दी रहेगी और 2.5 मीटर दी कट ही बॉटम दी रहेगी। नेक्स्ट जो कट कलर इहदे विच आ रहा है वो ग्रे कलर, लाइट ग्रे कलर है, कलर कंट्रास्ट बहुत अच्छा उठ रहा है इन्हों का, प्लेन रहेगी बॉटम, सेम बनारसी सिल्क दे विच रहेगा दुपट्टा, दुपट्टे का फैब्रिक बहुत ही सॉफ्ट है, और इसकी रेंज रहेगी 800। ऐसी मेरी आज की कलेक्शन, मैं उम्मीद करती हूँ थोनों बहुत अच्छी लगी होएगी, जो जो भी थोनों कलर पसंद आ रहे हैं जल्दी तो जल्दी स्क्रीनशॉट लेके मैं व्हाट्सएप कर दो, मेरा व्हाट्सएप नंबर नीचे शो हो रहा होगा। जो भी मेरे नवे व्यूवर्स देख रहे हैं प्लीज़ मेरे चैनल को सब्सक्राइब करो, थैंक यू, थैंक्स फॉर वॉचिंग।